स्वागत है किसान ਵੀਰੋ ਹੋਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ। ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਹੈ, ਆਪਣਾ ਮੋਬਾਈਲ ਨੰਬਰ ਹੈਗਾ 9871823917। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਬਾਕੀ ਆ ਨੰਬਰ ਬਾਈਆਂ ਸਕਰੀਨ 'ਤੇ ਜਾ ਰਿਹਾ, ਨੋਟ ਕਰ ਲਓ। ਅੱਜ ਦੀ ਵੀਡੀਓ ਆਪਾਂ ਪਹੁੰਚੇ ਪਿੰਡ ਅਲਕੜੇ ਜੀ। 4 ਵਹਿੜਾ ਲੈ ਕੇ ਆਏ, ਇੱਕ ਸੂਈ ਸਵਾਈ, 2 ਦੰਦ ਬੱਚੀ। ਗੱਲਬਾਤ ਬਾਈ ਦੀਪੂ ਨਾਲ ਕਰਾਵਾਂਗੇ, ਆ ਜਾ ਵੀਰੇ, ਇੱਥੇ ਆ ਜਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਠੀਕ ਠਾਕ ਹੋ ਜੀ? ਪੂਰੇ ਵਧੀਆ ਬਾਈ। ਨੰਬਰ ਬੋਲੋ ਵੀਰੇ। 6841410 ਪਿੰਡ ਹੈਗਾ ਬਾਈ, ਨੇੜੇ ਪਿੰਡ ਭਦੌੜ, ਜੰਗੀਆਂ ਨੇ ਤੇ ਸਾਈਡ ਤੋਂ ਕਿਰੇ ਗਿਆ, ਜਿਹੜਾ ਬਰਨਾਲਾ ਪੈ ਗਿਆ ਤੇ ਤਹਿਸੀਲ ਉੱਤੇ ਪਾ ਗਿਆ। ਹੁਣ ਤਾਂ ਸਿੱਖ ਗਿਆ ਨਾ ਸਾਰਾ ਕੁਛ? ਠੀਕ ਹੈ ਵੀਰੇ, ਤੇ ਅੱਜ ਆਪਾਂ 4 ਨਾਗ ਦਿਖਾਉਣੇ। ਹਾਂ ਬਾਈ, 4 ਨਾਗ। 4 ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਆਨੇ ਵੀਰੇ ਸਕਰੀਨ ਤੇ ਬੈੜ, ਹਾਂਜੀ, ਕੀ ਡਿਟੇਲ ਹੈ ਵੀਰੇ? ਇਹ 2 ਦੰਦ ਆ ਜੀ ਬਾਈ, ਮੈਨੂੰ 2 ਦੰਦ ਅਗਰ ਬੱਚੀ ਆ, ਕੱਲ ਰਾਤ ਸੂਈ ਆ। ਕੱਲ ਰਾਤ ਦੀ ਸੂਈ ਵੀ ਆ? ਤੇ ਬੋਲੇ ਜੋ ਜਮਾ ਸਾਫ ਕਰੀ ਵੀ ਆ। ਠੀਕ ਆ, ਤੇ ਥਣਾ ਥਣਾ ਦੀ ਓਕੇ ਆ? ਜਮਾ ਥਣਾ ਥਣਾ ਦਾ ਫੇਰੀਆਂ ਤੋਂ ਦਿਖਾਈ ਮੈਂ ਪਲੋਵਾ ਬਾਈ। ਤੇ ਜੇ ਆਪਾਂ ਕਹਿ ਕਰ ਲਗੇ ਗੱਲ, ਜਿਵੇਂ ਹੁਣ ਆਪਾਂ 2 ਦੰਦ ਕਹਿਤੀ ਹਨਾ, 2 ਦੰਦ ਦੀ ਹਨਾ? ਹਾਂ, ਆਪਾਂ ਪੱਟ ਕੇ ਦਿਖਾ ਦਿੰਦੇ ਕਿ ਅੰਦੇ ਚ। ਠੀਕ ਆ ਜੀ, ਓਕੇ, ਕੋਈ ਗੱਲ ਨਹੀਂ, ਅਗਲਾ ਪੱਟ ਕੇ ਪਟਾ ਲੂ ਸੌਖਾ ਹੀ। ਹੁਣ ਦਿਖਾ ਦੇ ਜੋ ਲੱਗ ਹੀ ਗਏ, ਦੱਸ ਗਈ ਮੈਨੂੰ 2 ਦੰਦ ਦੀ ਆ। ਠੀਕ ਆ ਜੀ, ਦੱਸ ਗਈ, ਦੇਖ ਲਈ ਸੀ, ਖੋਲੋ ਫਿਰ। ਓਕੇ, ਤੇ ਫੇਸ ਬਹੁਤ ਚੰਗਾ ਹਨਾ? ਤੇ ਜੋ ਉਹਨੂੰ ਨਾ ਛਿੱਗੀ ਚਾਹੂਗੀ, ਹੁਣ ਉਦੋਂ ਤਾਂ ਵੱਡੀ ਬਹਿੜ ਬਣ ਜੂਗੀ ਪੂਰੀ। ਬਾਕੀ ਤਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ 12 ਵਜੇ ਦਾ ਵੀਰੇ, ਠੀਕ ਹੈ? ਓਕੇ, ਬਾਕੀ ਤਾਂ ਗੋਲ ਮਟੋਲ ਆੜਤੀਆਂ ਸਿਰਾਣੇ ਵਰਗੀ ਪਈ ਆ ਹਨਾ, ਇਹੋ ਜਿਹੀ ਗੱਲ ਨੀ ਹੈਗੀ ਵੀ ਕਿਤੋਂ ਖੁੰਜੀ ਵੀ ਹੋਵੇ ਬੱਚੀ, ਬਿਊਟੀ ਚ ਵੀ ਫੁੱਲ। ਠੀਕ, ਲੈ ਚੱਲ ਥੋੜੀ ਜਿਹੀ ਹੋਰ ਕੁਆਲਿਟੀ ਬਹੁਤ ਵਧੀਆ ਹੈ ਨਾ। ਬਾਕੀ ਤਾਂ ਇਹੋ ਜਿਹੀਆਂ ਬਹਿੜਾਂ ਲੋਕ ਭਾਲਦੇ ਹੈਗੇ। ਠੀਕ ਹੈ ਵੀਰੇ, ਤੇ ਬਾਕੀ ਦਾ ਕੁਆਲਿਟੀ ਕੁਆਲਿਟੀ ਕਰੋ ਚੈੱਕ, ਫੇਸ ਬਿਊਟੀ ਇੰਨੀ ਵਧੀਆ ਨਾ ਇਹਦੀ ਵੀ ਗੱਲ ਦੇਖਿਆ ਹੀ ਬਣਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਬਾਕੀ ਖੁੱਚਾਂ ਤੋਂ ਤਾਂ ਵਾਲਾ ਹਵਾਨਾ ਗਾ, ਫਿਟਿੰਗ ਪੂਰੀ ਆ ਹਵਾਨੇ ਦੀ, ਕੋਈ ਕਿਤੋਂ ਟੁੱਟ ਮਾ ਲਮਕਮਾ, 2-3 ਸੂਏ ਜਮਾ ਨਹੀਂ ਹੁੰਦਾ, 4 ਸੂਏ ਚੋਈ ਚੱਲੋ ਭਾਉਂਦੀ। ਓਕੇ ਜੀ, ਆਹ ਦੇਖੋ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ। ਠੀਕ ਹੈ, ਗੱਲ ਹੋਊ ਆਪਾਂ ਉਨੀ ਕੀ ਦੱਸਾਂਗੇ। ਠੀਕ ਹੈ ਵੀਰੇ, ਤੇ ਫਿਰ ਡਿਮਾਂਡ ਇਹਦੀ? ਡਿਮਾਂਡ ਇਹਦੀ ਗਣਨ ਦੇਣਗੇ ਜੀ ਬਾਈ, ਹੂੰ, 75 ਚੋਂ ਛੋੜ ਕਰ ਦਾਂਗੇ ਆਪਾਂ ਬਾਈ। ਖੁੱਲੀ ਜ਼ਿਆਦਾ ਨਹੀਂ ਮਿਲ ਥੋੜਾ? ਨਹੀਂ ਯਾਰ ਬਾਈ, ਚੀਜ਼ ਚੰਗੀ ਹੈ। ਠੀਕ ਆ, ਕੋਈ ਨਾ ਜੇ ਹੋ ਜਾ ਬੰਦਾ ਹੋਇਆ ਆਪਾਂ ਮਾਨਤਾ ਨੂੰ ਮੌਕੇ ਤੇ ਮਾਨਤਾਨ ਹੋ ਜੂਗਾ, ਤੇ ਉਹ ਗਾਰੰਟੀ ਹੈ ਪੂਰੀ। ਦੁੱਧ ਐਦ ਕੀ ਕਿੰਨਾ ਕੱਢ ਦੂਗੇ? ਦੁੱਧ ਬਾਈ ਜੇ ਹਿਸਾਬ ਨਾਲ ਬੱਚੀ ਦੀ ਬਰੀਡ ਆ, ਹੂੰ, ਤੇ ਕੱਦ ਵੈਡ ਆ, 20 ਪਲੱਸ ਚੱਲਣਾ ਚਾਹੀਦਾ। ਠੀਕ ਆ, ਬਾਕੀ ਜਿੰਦ ਜਾਣ ਵਾਲੀ ਹੈ ਨਾ? ਜਿੰਦ ਜਾਣ ਵਾਲੀ। ਠੀਕ ਆ ਜੀ, ਆ ਕਰੋ ਫੇਰ ਚੈੱਕ ਨੇੜ ਤੋਂ, ਤੇ ਬਾਕੀ ਦਾ ਬੱਚੀ ਆ ਗਈ ਬਾਈ, ਆਉਂਦੇ ਸਾਲ ਨੂੰ ਬੱਚੀ ਨੇ ਵੀ ਨਾਲ ਹੀ ਕਰਮਾ ਇਹਨੇ ਤਿਆਰ ਹੋ ਜਾਣਾ। ਠੀਕ ਆ, ਤੇ ਇਹ ਵੀ ਐਚ ਐਫ ਚ ਆ ਗਈ ਨਾ ਬੱਚੀ ਵੀ? ਹਾਂ ਬਾਈ, ਤੇ ਹੁਣ 2 ਨੰਬਰ ਦੀ ਗੱਲ ਕਰ ਲਈ। ਇਹ ਬਾਈ ਦੂਜਾ ਸੂਆ ਆ ਗਿਆ, ਦੂਜਾ ਸੂਆ ਖੋਲੋ, ਇਹਨੂੰ ਤੋੜ ਕੇ ਦਿਖਾਈਏ, ਥਣ ਬਹੁਤ ਸੋਹਣਾ ਲੱਗਿਆ ਹੈ ਨਾ ਇਹਦੇ ਵੀ। ਹਾਂ, ਓਕੇ, ਤੇ ਕਿੰਨਾ ਦੁੱਧ ਦਿੱਤਾ ਵਾ ਪਹਿਲੇ ਸੂਏ ਦਾ ਵੀਰੇ? ਦਾ ਪਹਿਲੇ ਸੂਏ ਦਾ ਜਿਹੜਾ ਬਾਈ 17 ਕਿਲੋ ਦਾ ਦਿੱਤਾ ਹੈ। ਠੀਕ ਹੈ ਜੀ, ਤੇ ਬਾਕੀ ਦਾ ਕੱਦ ਕਹਿੰਦੇ ਬਾਈ ਨਹੀਂ ਕਹਿੰਦੇ, ਹੂੰ, 17 ਕਿਲੋ ਹੈ, ਭਾਂਡੇ ਵਾਲਾ ਦੁੱਧ ਦਿੱਤਾ ਹੈ। ਕਿੰਨੇ ਦਿਨ ਕੱਟ ਜੂਗੀ ਇਹ? ਲੈ ਜੂ ਹਜੇ ਹਫਤਾ। ਹਫਤਾ, ਤੇ ਐਦ ਕੀ ਕਿੰਨਾ ਕੱਢੂਗੀ ਦੁੱਧ? ਐਦ ਕੀ ਜੇ ਬਾਈ ਬੰਦੇ ਸੇਵਾ ਵਾਲੇ ਹੋਏ ਤਾਂ 20 ਪਲੱਸ ਆਰਾਮ ਨਾਲ ਚੋੜ। 20 ਪਲੱਸ ਆਰਾਮਦਾਰੀ ਨਾਲ, ਠੀਕ ਹੈ ਜੀ। ਤੇ ਬਾਕੀ ਦੀ ਗੱਲ, ਸੀਲ ਠੰਡੀ ਦਾ ਕੋਈ ਅੰਤ ਨਹੀਂ ਇਹਦਾ ਵੀ? ਸੀਲ ਠੰਡੀ ਦਾ ਬਾਈ ਜਿੱਦਰ ਦੀ ਮਰਜ਼ੀ ਪੈ ਜਾ, ਕੋਈ ਇਹੋ ਜਿਹਾ ਚੱਕਰ ਹੀ ਨਹੀਂ। ਦਿਨ ਕਿੰਨੇ ਕੱਟੂਗੀ ਦੀਪੂ? ਦਿਨ ਹਫਤਾ ਲੈ ਜੂ ਬਾਈ ਆਰਾਮ। ਦਿਨ ਹਫਤਾ, ਤੇ ਬਾਕੀ ਦਾ ਪ੍ਰਿੰਟ ਵਾਲੀ ਬੱਚੀ ਆ ਹਨਾ, ਜੇ ਕਿਨੇ ਬਹੁਤ ਸੋਹਣਾ ਜਾ ਰਿਹਾ। ਠੀਕ ਆ ਜੀ, ਬਾਕੀ ਦਾ ਬੈੜਾ ਤੇਰੀਆਂ ਸਾਰੀਆਂ ਪਹਿਲੇ ਦੂਜੇ ਵਾਲੀਆਂ ਹਨਾ ਅੱਜ, ਤੇ ਬਾਕੀ ਦਾ ਖੁੱਚਾਂ ਤੋਂ ਤਾਂ ਵਾਲਾ ਹਵਾਨਾ ਇਹਦਾ, ਕੋਈ ਟੁੱਟਮਾ ਕੋਈ ਲਮਕਮਾ ਨਹੀਂ ਹੈਗਾ ਹਨਾ। ਆਹ ਦੇਖੋ ਜੀ ਕੁਆਲਿਟੀ ਦੇਖੋ, ਥਣ ਬਹੁਤ ਚੰਗਾ ਲੱਗਿਆ ਹਨਾ, ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ। ਆਹ ਦੇਖੋ ਜੀ, ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ, ਤੇ ਇਹਦਾ ਕੀ ਪ੍ਰਾਈਜ਼ ਆ ਵੀਰੇ? ਇਹ ਬਸ ਇਹ 65,000 ਚ ਇਹਦੇ ਛੋਟ ਛੱਪਾ ਕਰ ਦਾਂਗੇ। ਠੀਕ ਹੈ ਜੀ, ਹਾਂ, ਤੇ ਮਾਨਤਾਨ ਹੋ ਜਾਣਾ ਹਨਾ, ਮਾਨਤਾਨ ਖੁੱਲਾ ਕਰਾਂਗੇ ਆਪਾਂ, ਦੀਵਾਲੀ ਬੰਪਰ ਹੀ ਕੱਢਨੇ ਆ। ਬਾਕੀ ਆ ਪ੍ਰਿੰਟ ਵਾਲੀਆਂ ਬੱਚੀਆਂ ਹਨਾ, ਹਾਂ, ਤੇ ਹੁਣ ਆਪਾਂ ਕਰ ਲਗੇ ਬਲੈਕ ਦੀ ਗੱਲ। ਇਹ ਵੀ ਪਹਿਲਾ ਸੂਆ ਆ ਗਈ ਬਾਈ, ਇਹ ਪਲੂਨ ਆ ਗਈ ਹਨਾ, ਇਹ ਵੀ ਪਲੂਨ ਆ ਗਈ, ਠੰਡੀ ਮਿੱਠੀ, ਤੇ ਥਾਂ ਦੂਜੇ ਨਾਲ ਲੱਗਿਆ ਵਾ ਹਨਾ। ਹਾਂ, ਥਾਂ ਸੋਹਣਾ, ਬਹੁਤ ਜ਼ਿਆਦਾ ਸੋਹਣਾ ਲੱਗਿਆ ਵਾ ਬਾਈ। ਠੀਕ ਆ ਦੀਪੂ, ਖੋਲੋ ਇਹਨੂੰ ਵੀ ਤੋਰ ਕੇ ਦਿਖਾਈਏ, ਤੇ ਸੰਮੀ ਪਲੀ ਵੀ ਪੂਰੀ ਆ ਹਨਾ, ਇਹ ਵੀ ਸੰਮੀ ਪਲੀ, ਬਾਕੀ ਦਾ ਰੰਗ ਪੂਰਾ ਪੱਕਾ ਪਾਉਂਦੀ, ਪੱਗ ਬੰਨ ਲਿਆ ਆਪਾਂ, ਸੀਸੀ ਵਾਂਗੂ ਚਮਕਦੀ ਆ ਹਨਾ, ਕੋਈ ਐ ਨਹੀਂ ਵੀ ਸੀਰਾ ਵੀ ਹੈ। ਠੀਕ ਹੈ ਜੀ, ਦੁੱਧ ਦੇਣੇ 20 ਪਲੱਸ ਆਰਾਮ ਨਹੀਂ ਪਾਉਣਾ, ਦੇ ਦੇਣਾ ਦੁੱਧ ਤਾਂ ਚੰਗੀ ਆ, ਬਰੀਡ ਵਾਲੀ ਬੱਚੀ ਆ। ਆ ਕਰੋ ਜੀ ਇੱਕ ਥਾਂ ਲੈ ਬਣੇ ਤੋਂ, ਕਿੰਨੇ ਦਿਨ ਬਾਕੀ ਆ ਬਰੇ ਦੇ? ਇਹ ਅਜੇ 12 ਦਿਨ ਲੈ ਜੀ, 12 ਦਿਨ। ਬਾਕੀ ਦਾ ਦੰਦਾਂ ਜੀ ਕਿਵੇਂ ਆ? ਇਹ ਦੰਦਾਂ ਦੀ ਨਹੀਂ ਦੇਖੀ,
ਕੋਈ ਨੀ ਅਗਲੇ ਨੂੰ ਪਟਾ ਦੀ ਜਿਹੜਾ ਆ ਗਿਆ ਹਨਾ ਓਕੇ ਬਾਕੀ ਦਾ ਬੱਛੀਆਂ ਤੇਰੀਆਂ ਅੱਜ ਬਹੁਤ ਪਿਆਰੀਆਂ ਜੇ ਆਪਾਂ ਗੱਲ ਕਰ ਲਈਏ ਤਿੰਨ ਹੀ ਚਾਰ ਹੀ ਬੱਛੀਆਂ ਨਾ ਤੇ ਥਾਣ ਦੇਖੋ ਇਹਦੇ ਕਿਵੇਂ ਦੌਰਾ ਲੱਗਿਆ ਹਨਾ ਬਹੁਤ ਚੰਗੀਆਂ ਬੱਛੀਆਂ ਅੱਜ ਤੇ ਬਾਕੀ ਦਾ ਵੀਡੀਓ ਦੇ ਵਿੱਚ ਦਿਖਾਉਣ ਵਾਲੀਆਂ ਹੈ ਵੀ ਹੈਗੀਆਂ ਸੀ ਹਨਾ बर्फ भर गया ना ठंडी ठीक है मानदान हो जूगा मानदान हूं आज इधर ਮਾਨਦਾਨ ਠੀਕ ਹੈ ਜੀ ਤੇ ਡੇਢ ਮਹੀਨਾ ਤਿੰਨ ਤਾਂ ਨੀ ਲੈਂਦੀ ਡੇਢ ਦੇ ਠੀਕ ਹੈ ਡੇਢ ਨੂੰ ਸੂ ਪੈਣਾ ਠੀਕ ਹੈ ਜੀ ਬਾਕੀ ਦਾ ਕੱਦ ਘਾਟ ਇਹਦਾ ਬਹੁਤ ਆ ਸੂਆ ਦੂਜਾ ਹੀ ਹੈ ਨਾ ਦੱਸਿਆ ਹੋਊਗਾ ਦੁੱਧ ਪਹਿਲੇ ਸੂਏ ਦਾ ਕੀ ਦਿੱਤਾ ਨੇ ਪਹਿਲੇ ਕਿਲੋ ਸੂਏ ਨੇ ਫਿਰ 14 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਓਕੇ ਤੋਰਾ ਕਰਾਈ ਗਿਆ ਦਾ ਚੈੱਕ ਖੋਲੋ ਆਹ ਦੇਖੋ ਜੀ ਥਾਣ ਦੇ ਬਸ ਨੇੜ ਤੋਂ ਕਰਾਈਏ ਚੈੱਕ ਚਾਰੇ ਥਾਣ ਨਿਕਲਵੇਂ ਪੂਰੇ ਗੈਪ ਤੇ ਇਹਦੇ ਵੀ ਤੇ ਬਾਕੀ ਦਾ ਸੀਲ ਸਾਬ ਪੂਰੀ ਆ ਦੀਪੂ ਹਾਂ ਹਾਂ ਠੀਕ ਹੈ ਜੀ ਆਹ ਦੇਖੋ ਵੀਰੋ ਤੋਰਾ ਤਾਰਾ ਕਰੋ ਚੈੱਕ ਤੇ ਬੱਚੀ ਇਹ ਵੀ ਬਰੀਡ ਵਾਲੀ ਆ ਹਨਾ ਜਾਤ ਪੂਰੀ ਆ ਆਹ ਦੇਖ ਬਾਕੀ ਦੀ ਗੱਲ ਡੇਢ ਮਹੀਨਾ ਬਾਕੀ ਠੀਕ ਆ ਠੀਕ ਆ ਵੀਰੇ ਓਕੇ 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 ਸਹੀ ਗੱਲ ਕਰੀ ਆ ਵੀ ਤੂੰ 20 ਦਿਨ ਵੀ ਕਹਿ ਸਕਦਾ ਹੈ ਨਾ ਵੀ ਡੇਢ ਮਹੀਨਾ ਨੇ ਲੈ ਜਾਣਾ ਠੀਕ ਆ ਵੀਰੇ ਆਹ ਕਰੋ ਚੈੱਕ ਚਾਲੀ ਹਜ਼ਾਰ ਦੀ ਬੱਚੀ ਇਹਨੇ ਬਣ ਜਾਣਾ ਡੇਢ ਮਹੀਨੇ ਨੂੰ ਘੱਟ ਤੋਂ ਘੱਟ ਠੀਕ ਆ ਵੀਰੇ ਤੇ ਇਹਦਾ 28,000 ਦੇ ਵਿੱਚੋਂ ਮਾਨਤਾਨ ਹੋ ਜੂਗਾ ਠੀਕ ਆ ਤੇ ਇੱਕ ਤੁਹਾਨੂੰ ਇਹ ਦਿਖਾਤੀ 28,000 ਵਾਲੀ ਜੀ ਤੇ ਇਹਦਾ ਕੀ ਕਰਿਆ ਸੀ ਡਿਮਾਂਡ ਦੁਬਾਰਾ ਫੇਰ ਦੱਸ ਇਹਦਾ 75,000 ਦੋ ਦੰਦ ਬੱਚੀ ਸੂਈ ਸਵਾਈ ਕਿੰਨਾ ਕੁ ਬੋਲਾ ਹੁਣ ਤੇਰੇ ਹਿਸਾਬ ਨਾਲ ਇਹ ਥੱਲੇ ਰੇੜੀ ਆ ਹੁਣ ਇਹਦੇ ਨੇ 9 ਕਿਲੋ ਬੋਲਾ ਹਟਾ ਰੇੜੀ ਆ ਕੱਲ ਸੂਈ ਤੇ ਇਧਰ ਦੋ ਤਿੰਨ ਨੰਬਰ ਵਾਲੀ ਇਹਦੀ ਕੀ ਡਿਮਾਂਡ 65,000 ਚ ਮੰਨ ਤੇ ਤੀ ਚੌਥੇ ਨੰਬਰ ਵਾਲੀ 70,000 ਚਾਰ ਵੈੜਾਂ ਸੀ ਵੀਰੇ ਚਾਰੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿ ਨਵੀਂ ਵੀਡੀਓ